ਸ਼੍ਰੋਮਣੀ ਅਕਾਲੀ ਦਲ ਨੀਵਾਂ ਨਾ ਹੋਵੇ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ। ਅੱਜ ਤੋਂ ਲੱਕ ਨਾਲ ਕਬਰ ਕੱਸੇ ਕਰ ਲਓ। ਪਹਿਲਾਂ ਮੈਂ ਸਰੋਪੇ ਦੇ ਦਾ, ਮੈਨੂੰ ਲੱਗਦਾ ਬਾਦਸ਼ਾਹ ਨੂੰ ਬਾਅਦ 'ਚ ਬਣਾਵਾਂ, ਸ਼ਾਮਿਲ ਕਰ ਲਾਂ ਨਾ ਪਹਿਲਾਂ। ਲਿਆ ਜੀ ਸ਼ਾਮਿਲ ਕਰੀਏ ਬਾਦਸ਼ਾਹ ਨੂੰ, ਪਹਿਲਾਂ ਬਾਦਸ਼ਾਹ ਨੂੰ ਸ਼ਾਮਿਲ ਕਰ ਲਈਏ, ਕਰ ਲਈਏ। ਚਕਾਰਾ ਛੱਡੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਅੱਜ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂ ਅੱਜ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਪਹੁੰਚੇ। ਇਸ ਮੌਕੇ ਅਲੱਗ ਚੀਜ਼ ਵੇਖਣ ਨੂੰ ਇਹ ਮਿਲੀ ਹੈ ਕਿ ਅਕਸਰ ਜਦ ਕੋਈ ਪਾਰਟੀ ਦੇ ਵਿੱਚ ਕਿਸੇ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਾਂ ਕਿਸੇ ਦੀ ਘਰ ਵਾਪਸੀ ਕਰਾਈ ਜਾਂਦੀ ਹੈ ਤਾਂ ਪਾਰਟੀ ਦਾ ਪ੍ਰਧਾਨ ਉਸ ਨੂੰ ਸਿਰੋਪਾ ਦੇ ਕੇ ਸਨਮਾਨਿਤ ਕਰਦਾ ਹੈ ਤੇ ਪਾਰਟੀ ਵਿੱਚ ਜੀ ਆਇਆਂ ਆਖਦਾ ਹੈ। ਪਰ ਅੱਜ ਇੱਥੇ ਉਲਟ ਵੇਖਣ ਨੂੰ ਮਿਲਿਆ ਹੈ, ਜਦੋਂ ਬੀਬੀ ਜਗੀਰ ਕੌਰ ਨੇ ਉਲਟਾ ਇਹ ਕਿਹਾ ਕਿ ਆਓ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਸਾਹਿਬ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹਾਂ, ਅਤੇ ਬੀਬੀ ਜਗੀਰ ਕੌਰ ਨੇ ਇੰਨੀ ਗੱਲ ਕਹਿਣ ਤੋਂ ਬਾਅਦ ਖੁਦ ਸੁਖਬੀਰ ਸਿੰਘ ਬਾਦਲ ਨੂੰ ਇਹ ਸਰੋਪਾ ਦਿੱਤਾ ਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਸਰੋਪਾ ਦੇ ਕੇ ਉਹਨਾਂ ਦੀ ਪਾਰਟੀ ਦੇ ਵਿੱਚ ਘਰ ਵਾਪਸੀ ਕਰਾਈ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕਲੌਤੀ ਪਾਰਟੀ ਹੈ ਜਿਸ ਦੇ ਵਿੱਚ ਹੁਣ ਕੋਈ ਵੀ ਆਪਸ ਦੇ ਵਿੱਚ ਕਿਸੇ ਦਾ ਵੀ ਝਗੜਾ ਨਹੀਂ ਹੈ। ਲਾਜ ਰੱਖਿਓ, ਸ਼੍ਰੋਮਣੀ ਅਕਾਲੀ ਦਲ ਨੀਵਾਂ ਨਾ ਹੋਵੇ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ। ਅੱਜ ਤੋਂ ਲੱਕ ਨਾਲ ਕਬਰ ਕੱਸੇ ਕਰ ਲਓ, ਤੁਰ ਪਓ ਥਾਂ ਥਾਂ ਦੇ ਉੱਤੇ। ਸਾਰੀਆਂ ਭੈਣਾਂ ਦਾ ਸਤਿਕਾਰ ਜੀ ਆਇਆਂ ਨੂੰ, ਸਾਰੀਆਂ ਉਹ ਨਾਲ ਆਓ। ਮੈਂ ਦੇਖਣ ਦੀ ਮੈਂ ਕਿਹਦਾ ਕਹਿੰਦਾ ਨਾਲ ਆਵਾਂ। ਬਹੁਤ ਵੱਡੇ ਤੁਸੀਂ ਸਤਿਕਾਰ ਦੇ ਨਾਲ ਤੁਸੀਂ ਆਏ ਹੋ। ਬਾਦਲ ਸਾਹਿਬ ਤੁਹਾਡਾ ਧੰਨਵਾਦ। ਪਹਿਲਾਂ ਮੈਂ ਸਰੋਪੇ ਦੇ ਦਾ, ਮੈਨੂੰ ਲੱਗਦਾ ਬਾਦਸ਼ਾਹ ਨੂੰ ਬਾਅਦ 'ਚ ਬੁਲਾਵਾਂ, ਸ਼ਾਮਿਲ ਕਰ ਲਾਂ ਨਾ ਪਹਿਲਾਂ। ਲਿਆ ਜੀ ਸ਼ਾਮਿਲ ਕਰੀਏ ਬਾਦਸ਼ਾਹ ਨੂੰ, ਪਹਿਲਾਂ ਬਾਦਸ਼ਾਹ ਨੂੰ ਸ਼ਾਮਿਲ ਕਰ ਲਈਏ, ਕਰ ਲਈਏ। ਜੈਕਾਰਾ ਛੱਡੋ। ਆਹੋ ਬਾਦਸ਼ਾਹ ਤੁਹਾਨੂੰ ਸ਼ਾਮਿਲ ਕਰੀਏ। ਬੀਬੀ ਜੀ ਮੁੱਖ ਮੰਤਰੀ ਅਸਲੀ ਹੈ ਕਿ ਨਕਲੀ ਹੈ? ਮੈਨੂੰ ਬੁਲਾਇਆ, ਕਿਹਾ ਸੁਖਬੀਰ ਹੁਣ ਤੂੰ ਪ੍ਰਧਾਨ ਹੈ ਅਕਾਲੀ ਦਲ ਦਾ, ਤੇਰਾ ਹੁਣ ਕੋਈ ਧੜਾ ਨਹੀਂ। ਕੋਈ ਨਵੇਂ ਨਵੇਂ ਆਈ ਦੇ ਨਾ ਆਪਾਂ ਆਪਣਾ ਬਣਾਉਣੇ, ਕਿਹਾ ਮੇਰਾ ਮੇਰਾ, ਕਹਿੰਦਾ ਹੁਣ ਮੇਰਾ ਮੇਰਾ ਕੋਈ ਨਹੀਂ, ਸਾਰੇ ਆਪਣੇ ਹੈ। ਮੈਂ ਉਹ ਆਪਣੀ ਗੱਲ 'ਚ ਉਦੋਂ ਦੀ ਮੈਂ ਬੰਨੀ ਹੈ। ਦੇਖੋ ਐਜ ਪ੍ਰੈਜੀਡੈਂਟ ਅਕਾਲੀ ਦਲ ਆਪਾਂ ਸਾਰੇ ਇੱਕ ਫੈਮਿਲੀ ਹੈ। ਮੈਂ ਕਿਤੇ ਨਹੀਂ ਆਪਣੇ ਆਪ ਨੂੰ ਪ੍ਰਧਾਨ ਸਮਝਿਆ। ਦੇਖੋ ਅਕਾਲੀ ਦਲ ਦਾ ਸਿਸਟਮ ਵੀ ਪਰਿਵਾਰ ਵਾਂਗੂ ਹੀ ਹੈ। ਦੂਜੀਆਂ ਪਾਰਟੀਆਂ ਦੇਖ ਲਓ, ਆਹ ਬੀਜੇਪੀ ਦੇਖ ਲਓ, ਚੀਫ ਮਿਨਿਸਟਰ ਨੂੰ ਉਦੋਂ ਹੀ ਪਤਾ ਲੱਗਦਾ ਬਾਹਰ, ਚੀਫ ਮਿਨਿਸਟਰ ਨੂੰ ਸਪੀਕਰ ਬਣਾਤਾ, ਚੀਫ ਮਿਨਿਸਟਰ ਡਿਪਟੀ ਸੀ ਬਣਾਤਾ, ਕੋਈ ਪਤਾ ਨਹੀਂ ਜਿਹੜਾ ਮਿਹਨਤ ਉੱਥੇ ਤੱਕ। ਜਾਂ ਦੂਜੀ ਕਾਂਗਰਸ ਦੇਖ ਲਓ ਜਾਂ ਦੂਜੀਆਂ ਪਾਰਟੀਆਂ ਦੇਖ ਲਓ ਜਿੰਨੀਆਂ ਹੈਗੀਆਂ, ਉਹਨਾਂ ਦੀ ਸਿਸਟਮ ਹੋਰ ਹੈ, ਆਪਣੀ ਪਾਰਟੀ ਦਾ ਸਿਸਟਮ ਹੋਰ ਹੈ। ਆਪਾਂ ਦੀ ਪਾਰਟੀ ਇੱਕ ਪਰਿਵਾਰ ਹੈ, ਇਕੱਠੇ ਹੋ ਕੇ ਆਪਾਂ ਸੰਘਰਸ਼ ਕੀਤਾ, ਇੱਕੋ ਜੇਲ੍ਹਾਂ 'ਚ ਰਹੇ ਹਾਂ, ਇੱਕੋ ਜਾ ਕੇ ਪ੍ਰਸ਼ਾਦ ਇੱਕ ਜਗ੍ਹਾ 'ਤੇ ਪ੍ਰਸ਼ਾਦਾ ਛਕਦੇ ਹਾਂ, ਇਕੱਠੇ ਹੋ ਕੇ ਡਾਂਗਾਂ ਖਾਂਦੇ ਹਾਂ, ਇਕੱਠੇ ਹੋ ਕੇ ਮੋਰਚੇ ਲਾਉਂਦੇ ਹਾਂ। ਆਪਣੀ ਪਾਰਟੀ ਕਿਤੇ ਡਰੀ ਨਹੀਂ ਲੜਾਈ ਲੜਨ ਵਾਸਤੇ, ਆਹੀ ਆਪਣੀ ਕੌਮ ਦੀ ਤਾਕਤ ਹੈ। ਤਾਂ ਇਸ ਕਰਕੇ ਮੈਂ ਅੱਜ ਦਿਲੋਂ
ਧੰਨਵਾਦ ਕਰਦਾ ਬੀਬੀ ਜੀ ਦਾ ਕਿ ਉਹਨਾਂ ਨੇ ਲਗਾਤਾਰ ਮੇਰੇ ਟੈਲੀਫੋਨਾਂ ਦੀ ਕਰ ਕਰਕੇ ਮੈਂ ਕਿਹਾ ਬੀਬੀ ਜੀ ਹਟਣਾ ਤਾਂ ਮੈਂ ਵੀ ਨਹੀਂ ਤੇ ਅੱਜ ਮੈਂ ਬੈਠਦਾ ਸੀ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੈ ਕਿ ਬੀਬੀ ਜੀ ਨੇ ਮੇਰਾ ਮਾਨ ਰੱਖਿਆ ਤੇ ਸਹੀ ਬਣੇ ਤੇ ਬੀਬੀ ਜੀ ਬਾਹਰ ਵੀ ਨਹੀਂ ਗਏ ਜਦੋਂ ਮੈਂ ਕਹਿਣਾ ਹੈ ਹੀ ਤੁਹਾਡੀ ਮੈਂ ਖਾਈ ਤੁਹਾਡੀ ਮੈਂ ਕਿਹਾ ਜੀ ਹੈ ਹੀ ਤੁਹਾਡੀ ਦੀ ਗੱਲ ਨਹੀਂ ਕਿਤੇ ਰੋਟੀ ਪਾਣੀ ਵੀ ਖਵਾਓ ਤੇ ਅੱਜ ਮੈਂ ਕੱਲ ਮੈਂ ਕਿਹਾ ਜੀ ਇੱਕ ਤਾਂ ਬੀਬੀ ਜੀ ਦੇ ਇੱਥੇ ਰੋਟੀ ਵਧੀਆ ਬਣਾਉਂਦੇ ਆ ਘਰੇ ਮੈਂ ਦੇਖਿਆ ਲੰਗਰ ਬਹੁਤ ਸਵਾਦ ਹੈ ਮੈਂ ਕਿਹਾ ਜੀ ਕਾਫੀ ਦੇਰ ਹੋ ਗਈ ਖਾਧੇ ਨੂੰ ਲੰਗਰ ਆਪਣਾ ਤੁਹਾਡੇ ਘਰ ਦਾ ਤੇ ਤੁਸੀਂ ਅੱਜ ਜ਼ਰੂਰ ਬਣਾਓ ਮੈਨੂੰ ਲੱਗਦਾ ਵਧੀਆ ਬਣਾਈ ਬੈਠੇ ਆ ਮੈਨੂੰ ਦੱਸ ਰਹੇ ਸੀ ਕੋਈ ਤਾਂ ਇਸ ਕਰਕੇ ਸਾਰੀ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਪਰਿਵਾਰ ਨੂੰ ਇੱਕ ਬਹੁਤ ਵੱਡੀ ਤਾਕਤ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਤੁਸੀਂ ਮਨ ਬਣਾ ਲਓ 13 ਦੀਆਂ 13 ਸੀਟਾਂ ਤੁਸੀਂ ਜਿੱਤੋਗੇ 13 ਦੀਆਂ 13 ਸੀਟਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ